ਦੱਸੋ ਯਾਰ ਢਾਲਾ ਕੀ ਹੁੰਦਾ ਕਮੈਂਟ ਵਿੱਚ ਦੱਸੋ ਯਾਰ। ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਫਿਰ ਵੈਲਕਮ ਕਰਦਾ ਆਪਣੇ ਨਵੇਂ ਵਲੌਗ ਵਿੱਚ। ਅੱਜ ਮੈਂ ਚੱਲਾਂ ਆਪਣੇ ਨਾਨਕੇ ਕਿਉਂਕਿ ਕੱਲ੍ਹ ਆਉਣਾ ਉੱਥੇ ਸੰਘ, ਇੱਕ ਅੱਜ ਸ਼ਾਮ ਨੂੰ ਵੀ ਆਉਣਾ ਸੰਘ, ਦੋ ਸੰਘ ਲੰਘ ਰਹੇ ਉੱਧਰੋਂ ਦੀ, ਅਤੇ ਹੁਣ ਮੈਂ ਉੱਧਰ ਚੱਲਾਂ ਵਾਂ। ਤਿਆਰੀ ਪੂਰੀ ਆ ਆਪਣੀ, ਬੈਗ ਪਾ ਲਿਆ, ਹੁਣ ਮੈਂ ਸਰਪੰਚ ਨੂੰ ਕੋਲ ਕੀਤੀ ਆ ਲੱਗਾ ਆਉਣ, ਮੈਂ ਮੈਨੂੰ ਅੱਡੇ 'ਤੇ ਛੱਡ ਆਇਆ, ਬੱਸੇ ਜਾਂਦੇ ਫਿਰ ਕਿਉਂਕਿ ਉੱਧਰ ਭੀੜ ਬੜੀ ਹੋਣੀ ਆ, ਨਹੀਂ ਤਾਂ ਚੱਲ ਤਾਂ ਬਾਈਕ 'ਤੇ ਜਾਣਾ ਪਰ ਭੀੜ ਦੇ ਕਰਕੇ ਨਹੀਂ ਜਾਇਆ ਜਾਂਦਾ। ਬਾਕੀ ਚਲੋ ਕੋਈ ਨਹੀਂ, ਤੁਹਾਨੂੰ ਨਾਲ ਨਾਲ ਖੜਦੇ ਹਾਂ ਸਾਰੇ। ਬਾਕੀ ਸਰਪੰਚ ਹੁਣ ਲੈਣ ਆ ਗਿਆ ਨੂੰ, ਹੁਣ ਉਹਦੇ ਨਾਲ ਬਹਿ ਗਏ ਹਾਂ, ਆਪਣੇ ਆਪ ਨੂੰ ਰਿਵੀਲ ਨਹੀਂ ਕਰਨਾ ਚਾਹੁੰਦਾ ਅੱਜ, ਕੰਡੀਸ਼ਨ ਬੜੀ ਵਧੀਆ ਆਉਂਦੀ ਇਸ ਵਕਤ। ਬਾਕੀ ਹੁਣ ਚੱਲੇ ਬੱਸ ਅੱਡੇ ਵੱਲ ਨੂੰ। ਹਾਂਜੀ ਫਿਰ ਆਪਾਂ ਪਹੁੰਚ ਗਏ ਹੁਣ ਨਾਨਕੇ, ਬੱਸੇ ਮੈਂ ਵਲੌਗ ਬਣਾਉਣਾ ਸੀ ਪਰ ਬੱਸ 'ਚ ਭੀੜ ਬੜੀ ਸੀ ਤਾਂ ਕਰਕੇ ਉੱਥੇ ਬਣਾ ਨਹੀਂ ਸਕਿਆ, ਹੁਣ ਮੈਂ ਨਾਨਕੇ ਪਹੁੰਚ ਗਿਆ ਵਾਂ। ਫਿਰ ਬਟਾਲੇ ਜਦੋਂ ਪਹੁੰਚਿਆ, ਬਟਾਲੇ ਗੁਰਦਾਸਪੁਰ ਦੀ ਬੱਸ ਕਾਲੀ ਕਾਲੀ ਵਿੱਚ ਫੜੀ ਅਤੇ ਮੈਨੂੰ ਵਿੰਡੋ ਵਾਲੀ ਸੀਟ ਨਹੀਂ ਮਿਲੀ ਜਿਹਦੀ ਵਜ੍ਹਾ ਮੈਂ ਵਲੌਗ ਨਹੀਂ ਬਣਾ ਸਕਿਆ, ਤਾਂ ਹੁਣ ਮੈਂ ਇੱਥੇ ਨਾਨਕੇ ਪਹੁੰਚ ਗਿਆ ਵਾਂ। ਆਹ ਵਾ ਕਿਤੇ ਵੀਡੀਓ ਵੇਚ ਲਈ ਹੋਣੀ ਆ ਰਾਹ 'ਚ ਆਉਂਦੇ ਦੀ। ਬਾਕੀ ਹੁਣ ਸੰਘ ਲੱਗਾ ਇੱਥੇ, ਕੌਣ ਹੈ ਹੁਣ ਉਹ ਵੇਖਾਂਗੇ, ਉਹਦਾ ਵੀ ਤੁਹਾਨੂੰ ਨਾਲ ਦਿਖਾਵਾਂਗੇ। ਆਹ ਚੱਲੇ ਹੁਣ ਆਪਾਂ ਸੰਘ ਵੇਖਣ, ਆਹ ਨਾਲ ਮੇਰਾ ਵੀਰ ਚਾਹ ਬੜਾ ਚੜਿਆ ਆ ਹੈਗੇ ਆਪਣੇ ਵੀਰ ਭਰਾ ਇਕੱਠੇ ਨਾਲ। ਹੁਣ ਚੱਲੇ ਆਪਾਂ ਅੱਗੇ ਦੀ ਭੈਣਾਂ ਤੈਅ ਕਰਨ ਡੇ ਹਾਂ, ਸੰਘ ਅੱਗੇ ਆਉਣਾ ਜਾ ਕੇ ਹਲੇ ਆਪਾਂ ਵਿੱਚ ਰਲੀਏ। ਆ ਵੀ ਤੂੰ ਹੀ ਆਏ ਯਾਰ, ਇਹ ਨਿਹੰਗ ਸਾਹਿਬ ਸਾਡੇ ਨਿਹੰਗ ਵੀਰ ਹੋਣੀ ਦਾਤਰ ਚਲਾਉਣਗੇ ਉੱਥੇ ਪੂਰਾ। ਬੰਦਾ ਸੋਚੇ ਨਾ ਵੀ ਕੈਮਰਾ ਨਹੀਂ ਹੋਣ, ਓਦਾਂ ਹੀ ਸੋਚ ਸੋਚ ਕੇ ਵੀ ਹਾਂ ਵੀ ਚਲੋ ਲੈਟ ਹੈ ਨਹੀਂ ਤਾਂ ਵੀਡੀਓ ਬੜੀ ਘੈਂਟ ਬਣੀ। ਛੋਲੇ ਜਲੇਬੀ ਕਿਸੇ ਲੰਗਰ ਦੀ ਤੁਹਾਨੂੰ ਘਾਟ ਨਹੀਂ ਆਉਂਦੀ, ਜਿਹੜੇ ਵੀ ਵੇਖਣਗੇ ਏ ਟੂ ਜੈਡ ਚੱਲੇਗਾ, ਏ ਟੂ ਜੈਡ ਪਕੌੜਾ ਪਕੌੜਾ ਚੱਲੇਗਾ, ਪੂਰੀ ਛੋਲਾ ਵੀ ਚੱਲੇਗਾ, ਛੋਲੇ ਸੰਘ ਆ ਗਿਆ। ਕੱਲ ਕੱਲੇ ਕੱਲੇ ਸੰਤਰੇ ਦੀ ਵੀਡੀਓ ਬਣਾਉਣਾ ਪਾਵਾਂਗੇ, ਪੰਜਾਈਆਂ ਸਾਤੇ ਵੀ ਮਿਲੂਗੀਆਂ ਗਿਆ ਇਥੋਂ ਆਹ ਵੀਡੀਓ ਬਣਾਉਣੀ। ਓਡੇ ਨਹੀਂ ਅੱਜ 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 ਦਾ ਵਲੌਗ ਮੈਂ ਆ ਪਾ ਦੇਣਾ ਨਾ, ਜੋ ਕਰਨਾ ਹੈ ਕਰ। ਅਰਮਾਨ ਬਹੁਤ ਖੇਚ ਲਗਣ ਡਿਆ ਵਲੌਗ ਬਣਾਉਣ ਲੱਗਾ, ਕੋਈ ਇਹਨੇ ਲੱਗਾ ਤੇ ਕੁਝ ਨਹੀਂ ਖਾਦਾ ਵਿਚਾਰਾ, ਸਵੇਰ ਦਾ ਇਦਾਂ ਹੀ ਡਿਆ ਬਣਾਉਣ, ਕੁਝ ਵੀ ਨਹੀਂ ਖਾਦਾ ਸੰਤਰਾ ਇੱਕ ਫਾੜਾ ਵੀ ਲਾਈਕ ਨਾ ਕਰੇ, ਇਹ ਫਾੜੀਆਂ ਹੀ ਆ ਫਾੜ ਫਾੜੇ ਦੇ ਮੂੰਹ ਦੀ ਪਾਈਆਂ, ਫਿਰ ਵੀ ਅੰਦਰ ਨਾ ਘਮਦਾਰ ਨਾ, ਮੈਂ ਵਲੌਗ ਬਣਾਉਣਾ ਆ, ਮੈਂ ਵਲੌਗ ਬਣਾਉਣਾ ਬਣਾਉਣਾ ਤੇ ਕੋਈ ਮੇਰਾ ਵੀ ਲਾਈਕ ਨਾ ਕਰਿਓ, ਬੰਦ ਕਰ ਦੇ ਬੰਦ ਕਰ ਦੇ। ਬਾਹਰ ਕਹਿਣ ਡੇ ਹੁਣ ਜਿਹੀ ਕਮਲਾ ਜਾਣਾ ਵੀ ਜਾਣਦੇ ਕਣਕਾਂ ਬੜੀਆਂ ਵੱਡੀਆਂ ਵੱਡੀਆਂ ਹੋਈਆਂ ਵਾ। ਗੋਰਿਆਂ ਨੇ ਕਹਿ ਵੱਟੀ ਸਟਾਰਾ ਵੱਟੀ ਸਟਾਰਾ ਫੇਰ ਨੀ ਦੱਸ ਕੇ ਲੋਕ ਚਾਲੂ ਕੀਤਾ, ਉਹਨਾਂ ਨੂੰ ਕਹੀ ਜਾਈ ਕਿ ਤੁਹਾਨੂੰ ਝਾਰੇ ਦਾ ਨੀ ਪਤਾ, ਮੈਨੂੰ ਨੀ ਪਤਾ ਬਾਬਾ ਤੁਸੀਂ ਦੱਸੋ ਢਾਰਾ ਕੀ ਹੁੰਦਾ, ਕਿਨੂੰ ਆਂਦੇ ਆ ਢਾਰਾ, ਆਂਦੇ ਆ ਜਿੱਥੇ ਕੋਈ ਚੱਲਣ ਡਿਆ ਹੋਵੇ ਨਾ ਕੰਮ, ਉਹ ਨਹੀਂ
ਤਾਰਾਂ ਨੂੰ ਕਹਿੰਦੇ ਆ ਕਿ ਜਿੱਥੇ ਕਿ ਢਾਈ ਦਾ ਇੱਕ ਦੂਜੇ ਨੂੰ ਨੋ ਨੋ ਇਹ ਵੀ ਗੱਲ ਨਾ ਲੈਟ ਤੁਰੀ ਆਉਂਦੀ ਸੰਗ ਨੀ ਹੁੰਦਾ ਇੱਕ ਮਿੰਟ ਮੈਂ ਵਗਾਉਂਦਾ ਬਾਬੇ ਮਸਤੂ ਜਾਣਾ ਜੀ ਸੰਗ ਸਾਰਿਆਂ ਨੂੰ ਬਾਬੇ ਮਸਤੂ ਚੱਲਾ ਵਾ ਅਤੇ ਫਿਰ ਅੱਗੇ ਡੇਰੇ ਵੱਲ ਨੂੰ ਅਪਰੋਚ ਕਰਨਾ ਸਾਰਿਆਂ ਨੇ ਕੱਲ੍ਹ ਵੱਡਾ ਸੰਗ ਲੰਘਣਾ ਵਾ ਉੱਥੇ ਜਾਵਾਂਗੇ ਅਤੇ ਫਿਰ ਕੱਲ੍ਹ ਦੇ ਵਲੋਗ ਵਿੱਚ ਪਾਵਾਂਗੇ ਜਿਹੜਾ ਕਿ ਪਰਸੋਂ ਆਊਗਾ ਫਿਰ ਅੱਜ ਮੈਂ ਆਹ ਰਾਤ ਨੂੰ ਐਡਿਟ ਕਰ ਦੇਣਾ ਸਾਰਾ ਅਤੇ ਸਵੇਰੇ ਪਾ ਦਾਂਗੇ ਵਲੋਗ ਹੋ ਸਕਿਆ ਤਾਂ ਰਾਤ ਨੂੰ ਵੀ ਪਾ ਦਾਂਗੇ ਬਸ ਇਹਨਾਂ ਬੜਾ ਵਾ ਬਾਕੀ ਲੰਗਰ ਪਾਣੀ ਛਕ ਲਿਆ ਹੁਣ ਘਰੋ ਘਰੀ ਚੱਲੇ ਹਾਂ ਆਪਾਂ ਬਾਕੀ ਕੱਲ੍ਹ ਵੱਡਾ ਸੰਘ ਉਹਦਾ ਫਿਰ ਵਲੋਗ ਪਾਵਾਂਗੇ ਬਾਕੀ ਬਣੇ ਰਹੋ ਓਕੇ ਗੁੱਡ ਬਾਏ ਸੀ ਯੂ ਲੇਟਰ ਇਨ ਅਨਦਰ ਵਲੋਗ